ਗੰਦ ਤਾਂ ਹੈ ਜਿਹੜਾ ਕੰਜਰਾਂ ਨੇ ਪਾਇਆ ਨਾ ਮੈਂ ਤਾਂ ਉਹਨਾਂ ਤੇ ਗੱਲ ਕਰਨੀ ਆ ਜਿਹਦਾ ਦਿਲ ਕਰਦਾ ਜੂਆ ਖੇਡੀ ਜਾਂਦਾ ਜਿਹਦਾ ਦਿਲ ਕਰਦਾ ਗੰਦ ਬੋਲੀ ਜਾਂਦਾ ਸੁਣਨ ਵਾਲੇ ਵੀ ਬੜਾ ਗਊਗੇ ਬੈ ਵੀ ਢਿਲੋਂ ਚੱਕਦਾ ਕੰਮ ਹਾਂਜੀ ਸასი ਗੱਲ ਜੀ ਵੈਲਕਮ ਬੈਕ ਟੂ ਪਰਮ ਖੇਲਾ ਚੈਨਲ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅ ਵੈਸੇ ਤਾਂ ਤੁਹਾਨੂੰ ਥੰਬਨੇਲ ਤੋਂ ਪਤਾ ਲੱਗ ਗਿਆ ਹੋਣਾ ਆ ਕਿ ਵੀਡੀਓ ਫੈਮਿਲੀ ਵਿੱਚ ਦੇਖਣ ਵਾਲੀ ਨਹੀਂ ਹੈਗੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਗੰਦ ਪਾਇਆ ਵਾ ਮੈਂ ਤਾਂ ਸਿਰਫ ਰਿਵਿਊ ਵਾਲਾ ਬੰਦਾ ਆ ਰਿਵਿਊ ਹੀ ਕਰੂੰਗਾ ਰਿਐਕਸ਼ਨ ਕਰੂੰਗਾ ਜੋ ਵੀ ਹੈਗਾ ਮੇਰਾ ਕੰਮ ਗੰਦ ਤਾਂ ਹੈ ਜਿਹੜਾ ਕੰਜਰਾਂ ਨੇ ਪਾਇਆ ਨਾ ਮੈਂ ਤਾਂ ਉਹਨਾਂ ਤੇ ਗੱਲ ਕਰਨੀ ਆ ਪੰਜਾਬੀ ਇੰਡਸਟਰੀ ਦੇ ਸਿੰਗਰ ਜਿਹਦਾ ਦਿਲ ਕਰਦਾ ਜੂਆ ਖੇਡੀ ਜਾਂਦਾ ਜਿਹਦਾ ਦਿਲ ਕਰਦਾ ਗੰਦ ਬੋਲੀ ਜਾਂਦਾ ਮੰਨਿਆ ਕਿ ਸਿੰਗਰ ਹੁਣ ਇਹਨਾਂ ਨੂੰ ਸਿਰ ਤੇ ਬਿਠਾ ਲੀਏ ਇਹਨਾਂ ਨੂੰ ਅਕਲ ਨਹੀਂ ਹੈਗੀ ਵੀ ਇਹਨਾਂ ਨੂੰ 18 ਸਾਲ ਤੋਂ ਘੱਟ ਉਮਰ ਵਾਲੇ ਵੀ ਇਹਨਾਂ ਨੂੰ ਫੋਲੋ ਕਰਦੇ ਆ ਆ ਪ੍ਰੇਮ ਢਿੱਲੋ ਨਿਮਾਨ ਸੰਧੂ ਇਹਨਾਂ ਦੀ ਕੰਟਰੋਵਰਸੀ ਚੱਲਦੀ ਆ ਹਨਾ ਪਤਾ ਨਹੀਂ ਚੱਲਦੀ ਆ ਕਿ ਚਲਾਈ ਆ ਜੋ ਵੀ ਹੈਗਾ ਹੈ ਨਾ ਠੀਕ ਆ ਠੰਡਾ ਮੱਠਾ ਜੋ ਵੀ ਆ ਇੱਕ ਦੂਜੇ ਨੂੰ ਰਿਪਲਾਈ ਕਰਦੇ ਸੀ ਕਿ ਕਰੀ ਜਾਣ ਮੈਂ ਤਾਂ ਗੱਲ ਵੀ ਨਹੀਂ ਸੀ ਕੀਤੀ ਇਹਨਾਂ ਤੇ ਉੱਤੇ ਮੈਂ ਕਿਹਾ ਵੀ ਇਹਨਾਂ ਕੰਜਰਾਂ ਦਾ ਕੰਮਈਆਂ ਨੇ ਕੋਈ ਦੇ ਕੋਈ ਸਿੰਘ ਪ사 ਕੇ ਬਹਿ ਜਾਂ ਤਾਂ ਕਦੇ ਕੋਈ ਬਹਿ ਕੇ ਬਹਿ ਜਾਂਦਾ ਹੈ ਨਾ ਆ ਹੁਣ ਡੈਮ ਡੈਡੀ ਗਾਣਾ ਆ ਰਿਪਲਾਈ ਕੀਤਾ ਇਹਨੇ ਪ੍ਰੇਮਟ ਲੋਨ ਨਿਮਾਨ ਸੰਧੂ ਨੂੰ ਯਾਰ ਮੇਰੇ ਭੈਣੇ ਤੇ ਨਾਲ ਰੱਖੇਂਗੇ ਹਾਈ ਜਾ ਕੇ ਉਹਦੇ ਮੁਖੜੇ ਤੇ ਆ ਉਹਦੇ ਵਿੱਚ ਕੀ ਗੰਦ ਪਾਇਆ ਇਹਨੇ ਥੇ ਨਮਕ ਤੇ ਫਿਰ ਤੇ ਥਲੇ ਮੇਰੇ ਸਰੇ ਹੈ ਨਾ ਹੁਣ ਕਈ ਯੂਟਿਊਬਰ ਤਾਂ ਬੜਾ ਸਵਾਦ ਲੈ ਲੈ ਕੇ ਦੱਸਣਗੇ ਵਾਹ ਵਾਹ ਏ ਏ ਪਰ ਜਰਾ ਕੋ ਨੂੰ ਡੀਪਲੀ ਤਾਂ ਸੁਣੋ ਸੋਚੋ ਸੁਣਨ ਵਾਲੇ ਵੀ ਬੜਾ ਗੋਗੇ ਬੈ ਵੀ ਢਿਲੋਂ ਚੱਕਦਾ ਕੰਮ ਮੱਝੇ ਵਾਲਾ ਭਾਉ ਉਹ ਜਿਹੜਾ ਜਿਹਨੂੰ ਕਿਹਾ ਲੋਂਡਾ ਕਿਹਾ ਜਿਹਨੂੰ ਥੱਲੇ ਲਮਕਦਾ ਜਿਹਨੂੰ ਕਿਹਾ ਉਹਨੇ ਗਾਣੇ ਵਿੱਚ ਉਹ ਵੀ ਤੁਹਾਡੇ ਭਾਉ ਹੀ ਆ ਮੱਝੇ ਦਾ ਹੀ ਆ ਔਰ ਯਾਰ ਸ਼ਰਮ ਸ਼ਰਮ ਹੈ ਹੀ ਨਹੀਂ ਤੁਹਾਨੂੰ ਅਲੈਨ ਸੁਣਿਓ ਆਖੇ ਮੇਰੇ ਥੱਲੇ ਲਮਕਦੇ ਪੁੱਠੇ ਲਮਕਦੇ ਹੀ ਲਮਕਦੇ ਕਿਹਨੂੰ ਦੱਸਦਾ ਅਚਾਨਕ ਹੀ ਪ੍ਰੇਮ ਢਲੋਂ ਦਾ ਗਾਣਾ ਸਮਝ ਕੇ ਕੋਈ ਬੰਦਾ ਘਰੇ ਗਾਣਾ ਲਾ ਲਵੇ ਕੋਈ ਬੀਬੀ ਲਾ ਲਵੇ ਹਾਂ ਵੀ ਪ੍ਰੇਮ ਢਲੋਂ ਦੇ ਗਾਣੇ ਆ ਕੋਈ ਗੱਲ ਨਹੀਂ ਫੈਮਿਲੀ ਸੁਣ ਲਵਾਂਗੇ ਤੇ ਅਗਲੀ ਲਾ ਕੇ ਕੰਮ ਕਰਨ ਲੱਗ ਪਵੇ ਘਰੇ ਕੋਈ ਰਿਸ਼ਤੇਦਾਰ ਆਇਆ ਹੋਵੇ ਤੇ ਇਹ ਸਾਲਾ ਥੱਲੇ ਕਰੀ ਜਾਵੇ ਗਾਣੇ 'ਚ ਕਰੀ ਜਾਵੇ ਲੋਂਡੇ ਥੱਲੇ ਲਮਕਦੇ ਕੀ ਰਊਗੀ ਉਹਦੀ ਵਿਚਾਰੀ ਦੀ ਇੱਜ਼ਤ ਵੀ ਆ ਗਾਣੇ ਸੁਣਦੀ ਉਹਨੂੰ ਤਾਂ ਪਤਾ ਵੀ ਨਹੀਂ ਹੁਣ ਉਹ ਮਾੜਾ ਮੋਟਾ ਤੁਹਾਡੇ ਦਿਮਾਗ ਖਤਮ ਹੋ ਗਏ ਵੀ ਗਾਣੇ ਚਲਾਉਣ ਵਾਸਤੇ ਤੁਸੀਂ ਕਿਸੇ ਵੀ ਹੱਦ ਤੱਕ ਗਰਕ ਸਕਦੇ ਆ ਆਪਣੀ ਇੰਡਸਟਰੀ ਵਿੱਚ ਬਾਲੀਵੁੱਡ ਵਿੱਚ ਪੀਆਰ ਕਰਾਉਣ ਵਾਸਤੇ ਤੁਸੀਂ ਜੂਆ ਵੀ ਪ੍ਰੋਮੋਟ ਕਰ ਸਕਦੇ ਆ ਕਰੋੜਾਂ ਦੇ ਡੀਲਾਂ ਕਰਕੇ ਮੁੜ ਕੇ ਉਸ ਪੈਸੇ ਨੂੰ ਪ੍ਰੋਮੋਸ਼ਨਾਂ ਤੇ ਲਾ ਲੰਨੇ ਆ ਤੁਸੀਂ ਆਪਣੇ ਗਾਣੇ ਚਲਾਉਣ ਵਾਸਤੇ ਤੁਸੀਂ ਆਪਣੇ ਗਾਣਿਆਂ ਵਿੱਚ ਸਿਰੇ ਦਾ ਗੰਦ ਬੱਕ ਸਕਦੇ ਆ ਕਿਉਂ ਭਈ ਅਸੀਂ ਸੁਣੀ ਜਾਵਾਂਗੇ ਤੁਹਾਨੂੰ ਕਿਸ ਨੇ ਕੁਝ ਨਹੀਂ ਕਹਿਣਾ ਤੁਹਾਨੂੰ ਰੱਖਣ ਵਾਲਾ ਹੈ ਨਹੀਂ ਕੋਈ ਵੀ ਐਡੇ ਤੁਸੀਂ ਸਾਨ ਰਿਪਲਾਈ ਕਰਨਾ ਢੰਗ ਦਾ ਬੰਦਾ ਕਰੇ ਆ ਸਿੱਧੂ ਬਾਈ ਵੀ ਕਰਦਾ ਸੀਗਾ ਚਲੋ ਕਰਨ ਮੋਜਲੇ ਨਾਲ ਜੋ ਵੀ ਇਹਦਾ ਚੱਲਦਾ ਸੀਗਾ ਬਥੇਰੀਆਂ ਨੇ ਕੀਤੇ ਰਿਪਲਾਈ ਐਦਾਂ ਐਦਾਂ ਰਿਪਲਾਈ ਕੌਣ ਕਰਦਾ ਹੁੰਦਾ ਥੱਲੇ ਲਮਕਦਾ ਕੀ ਥੱਲੇ ਲਮਕਦਾ ਕੋਈ ਸ਼ਰਮ ਨੂੰ ਹੱਥ ਮਾਰ ਯਾਰ ਪ੍ਰੇਮ ਹੈ ਮਸੀ ਤੇਰਾ ਫੇਰ ਗੱਡੀ ਟਰੈਕ ਤੇ ਆਈ ਆ ਲੋਕਾਂ ਨੇ ਫੇਰ ਤੈਨੂੰ ਐਕਸੈਪਟ ਕਰਨਾ ਸ਼ੁਰੂ ਕੀਤਾ ਆ ਤੂੰ ਆਪਣੀ ਔਕਾਤ ਫੇਰ ਤੋਂ ਦਿਖਾਉਣ ਲੱਗ ਪਿਆ ਖਾ ਕੇ ਭੋਰਾ ਫੀਮ ਤੈਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਬੋਲਣਾ ਇਹ ਗਾਣਾ ਤੇਰੇ ਘਰੇ ਨਹੀਂ ਕੋਈ ਸੁਣੂਗਾ ਤੇਰੀ ਭੈਣ ਹੋਊਗੀ ਤੇਰੇ ਰਿਸ਼ਤੇਦਾਰਾਂ ਵਿੱਚ ਕੋਈ ਤੇਰੀ ਭੈਣ ਹੋਊਗੀ ਤੇਰੀ ਬੇਬੇ ਲਾ ਸਕਦੀ ਆ ਘਰੇ ਪੇ ਮੇਰੇ ਪੁੱਤ ਦਾ ਨਵਾਂ ਗਾਣਾ ਆਇਆ ਵਾ ਤੇ ਪੁੱਤ ਥੱਲੇ ਉਹ ਵਿੱਚ ਗਾਣੇ ਦੇ ਕਰਦਾ ਥੱਲੇ ਲਮਕਦੇ ਪਰ ਫਿੱਟੇ ਨੂੰ ਤਰੇ ਇਹੋ ਜਿਹਾ ਇਹਨਾਂ ਨੇ ਨਾ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਕੰਜਰੀ ਦਾ ਕੋਠਾ ਬਣਾ ਕੇ ਰੱਖ ਦਿੱਤਾ ਜੂਆ ਕਿੱਥੇ ਖੇਡਿਆ ਜਾਂਦਾ ਕੰਜਰੀ ਦੇ ਕੋਠੇ ਤੇ ਤੇ ਆ ਗੰਦ ਕਿੱਥੇ ਬੋਲਿਆ ਜਾਂਦਾ ਕੰਜਰੀ ਦੇ ਕੋਠੇ ਤੇ ਤੇ ਇਹਨਾਂ ਕੰਜਰਾਂ ਨੇ ਕੰਜਰਖਾਨਾ ਬਣਾਤਾ ਪੰਜਾਬੀ ਇੰਡਸਟਰੀ ਨੂੰ ਫੇਰ ਕਹਿਣਗੇ ਚਮਕੀਲਾ ਗੰਦੇ ਗਾਣੇ ਗਾਉਂਦਾ ਸੀਗਾ ਆਹ ਗੰਦ ਪਾਉਂਦੇ ਇੰਦਾਂ ਤੋਂ ਵੱਧ ਨਹੀਂ ਸੀ ਪਾਇਆ ਉਹਨੇ ਗੰਦ ਕਿਉਂਕਿ ਚਮਕੀਲੇ ਦਾ ਪਤਾ ਸੀਗਾ ਵੀ ਹਾਂ ਵੀ ਇਹਦੇ ਗਾਣੇ ਕਿੱਥੇ ਸੁਣਨੇ ਆ ਇਹਨਾਂ ਕੰਜਰਾਂ ਦੀ ਛਵੀ ਉਦਾਂ ਦੀ ਨਹੀਂ ਹੈਗੀ ਇਨਾਂ ਦੀ ਜਿ ਸ਼ਬੀ ਹੈਗੀ ਆ ਫੈਮਿਲੀ ਵਾਲੀ ਇਨਾਂ ਦੇ ਇਹੋ ਜਿਹੇ ਗਾਣੇ ਨੂੰ ਫੈਮਿਲੀ ਦਾ ਵਾਲਾ ਬੰਦਾ ਸੁਣ ਸਕਦਾ ਸੁਲਤਾਨਾ ਸੁਲਤਾਨ ਗਾਵੇ ਇਹੋ ਜਿਹੇ ਗਾਣੇ ਮੈਂ ਨਹੀਂ ਕੁਝ ਕਹਿੰਦਾ ਕੋਈ ਵੀ ਨਹੀਂ ਕੁਝ ਕਹਿੰਦਾ ਪਤਾ ਉਹਦੀ ਸ਼ਬੀ ਆ ਉਹਦੇ ਗਾਣੇ ਵਿੱਚ ਕੁਝ ਵੀ ਹੋ ਸਕਦਾ ਉਹਨੇ ਕੁਝ ਵੀ ਗਲਤ ਬੋਲਿਆ ਹੋ ਸਕਦਾ ਉਹ ਪਹਿਲੇ ਸਾਨੂੰ ਪਤਾ ਹੁੰਦਾ ਅਸੀਂ ਨਹੀਂ ਗਾਣੇ ਫੈਮਿਲੀ ਚ ਲਾਉਂਗਾ ਕੋਈ ਵੀ ਫੈਮਿਲੀ ਦੀ ਕੋਈ ਔਰਤ ਨਹੀਂ ਲਾਉਂਦੀ ਸੁਲਤਾਨ ਦਾ ਪਤਾ ਹੀ ਨਹੀਂ ਕੌਣ ਆ ਮੈਂ ਸੁਲਤਾਨ ਉਦਾਂ ਨਹੀਂ ਮੈਂ ਗੱਲ ਕਰਦਾ ਵਧੀਆ ਬੰਦਾ ਫੈਮਿਲੀਆ ਨੂੰ ਨਹੀਂ ਪਤਾ ਸੁਲਤਾਨ ਦਾ ਠੀਕ ਆ ਗੁੱਡ ਬਾਏ ਇਹ ਕੰਜਰ ਦਾ ਪਤਾ ਆ ਕੋਈ ਸ਼ਰਮ ਨੂੰ ਹੱਥ ਮਾਰ ਯਾਰ ਤੂੰ ਕਿਹੜੇ ਕੰਮਾਂ ਤੇ ਪਿਆ ਹੋਇਆ ਵਾ ਫੇਰ ਦੁਬਾਰਾ ਤੇਰਾ ਕੰਮ ਚੱਲ ਪਿਆ ਬੜਾ ਵਧੀਆ ਸ਼ੋਸ਼ੂ ਲੱਗਣ ਲੱਗ ਪਿਆ ਗਾਣੇ ਚੱਲਣ ਲੱਗ ਪਿਆ ਲੋਕਾਂ ਦੇ ਦਿਲਾਂ ਵਿੱਚੋਂ ਉਹ ਗੱਲਾਂ ਨਿਕਲ ਗਈਆਂ ਗੱਡੀ ਤੇਰੀ ਟਰੈਕ ਤੇ ਆ ਤੂੰ ਰਿਪਲਾਈ ਰਿਪਲਾਈ ਖੇਡਦਾ ਖੇਢੀ ਜਾ ਆਪਣੇ ਤਾਂ ਢੰਗ ਨਾਲ ਖੇਡਣਾ ਪਰ ਆ ਕੀ ਕੰਜਰ ਰੱਖਣਾ ਕਿਉਂਕਿ ਹੁਣ ਤੂੰ ਥੱਲੇ ਲਮਕਦੇ ਲੋਂਡੇ ਫਲੋਂਡੇ ਕਰੀ ਜਾਂਦਾ ਕੱਲੋਂ ਨਿਮਾਨ ਉੱਠ ਕੇ ਕਰਨ ਲੱਗ ਪੂਆ ਇਤੋਂ ਪਹਿਲਾਂ ਕਿ ਨਿਵਾਨ ਕਰੇ ਰੋਕਣਾ ਆਉਂਦਾ ਸਾਨੂੰ ਇਹ YouTube ਤੇ ਬੈਠੇ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਹਾਂ ਵੀ ਤੁਹਾਡੀ ਬਾਵਾ ਕਰੀ ਜਾਵਾਂਗੇ ਤੁਹਾਡੇ ਗਾਣੇ ਚੰਗੇ ਆਉਣਗੇ ਉਹਨੂੰ ਸ਼ਲਾਮਾਂਗੇ ਕੰਜਰਖਾਨਾ ਕਰੂਗੇ ਪਰ ਰਪਲਾਈ ਵੀ ਸਾਡੇ ਵੱਲੋਂ ਕੰਜਰਾ ਵਾਂਗੂ ਹੀ ਮਿਲੂਗਾ ਸੁਧਰ ਜੋ ਕੰਟਰੋਵਰਸੀਆਂ ਖੇਡ ਖੇਡ ਕੇ ਗਾਣੇ ਤੁਹਾਡੇ ਚੱਲਦੇ ਆ ਗੁੱਡਵਾ ਲੋਕਾਂ ਨੂੰ ਉਸ ਬਾਅਦ ਮਿਲਦਾ ਆ ਕੋਈ ਚੱਕਰ ਨਹੀਂ ਐਂਟਰਟੇਨਮੈਂਟ ਹੋਈ ਜਾਂਦਾ ਵਧੀਆ ਗੱਲ ਆ ਕੋਈ ਨਹੀਂ ਸੋਸ਼ਲ ਮੀਡੀਆ ਤੇ ਤੁਹਾਡਾ ਬਿਗਬਸ ਚੱਲਦਾ ਕੋਈ ਗੱਲ ਨਹੀਂ ਗੁੱਡ ਵਾ ਗੁੱਡ ਵਾ ਪਰ ਆ ਕੰਜਰਖਾਨਾ ਨਹੀਂ ਚੱਲਣ ਦੇਣਾ ਇਹ ਜਿਨ੍ਹਾਂ ਦਾ ਕੰਮ ਵਾ ਉਹੀ ਚਲਾਉਣ ਜੇ ਤੂੰ ਪਹਿਲੇ ਦਿਨ ਤੋਂ ਕੰਜਰਖਾਨਾ ਚਲਾਦਾ ਹੁੰਦਾ ਚਲਾ ਲੰਦਾ ਕੋਈ ਚੱਕਰ ਨਹੀਂ ਸੀ ਪਰ ਹੁਣ ਨਹੀਂ ਚਲਦੀ ਵੀਡੀਓ ਵਿੱਚ ਤੁਹਾਡਾ ਫਲੋ ਤੋੜਨ ਵਾਸਤੇ ਮੈਂ ਮਾਫੀ ਚਾਹੁੰਦਾ ਆ ਪਰ ਆਪਾਂ ਵਿੱਚ ਵਿਚਾਲੇ ਨਵੇਂ ਸਿੰਗਰਾਂ ਨੂੰ ਸਪੋਰਟ ਵੀ ਜ਼ਰੂਰ ਕਰਿਆ ਕਰਾਂਗੇ ਜਿਆਦਾ ਨਹੀਂ ਬਸ ਤੁਹਾਡਾ 10 ਤੋਂ 15 ਸਕੰਡ ਦਾ ਟਾਈਮ ਲਵਾਂਗਾ ਬਾਈ ਦਾ ਨਾਮ ਆ ਜਸ ਮਲਕੀਤ ਤੇ ਬਾਈ ਚੜ੍ਹਦੀ ਕਲਾ ਵਾਲੇ ਲਿਰਿਕਸ ਲਿਖਦਾ ਆ ਗਾਉਂਦਾ ਆ ਤੇ ਆਵਾਜ਼ ਵੀ ਬਾਈ ਦੀ ਵਧੀਆ ਆ ਸਪੋਰਟ ਜ਼ਰੂਰ ਕਰਿਓ ਤੇ ਬਾਈ ਦਾ ਨਵਾਂ ਗਾਣਾ ਆ ਹੈਲ ਬੈਂਟ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਪਹਿਲੀ ਪੌੜੀ ਤੋਂ ਸਰਟਾਟ ਕੀ ਤਾਲਾਇਆ ਮੱਥਾ ਕੱਥਾ ਨਾਲ ਸੋ ਸਿੰਗਰਾਂ ਨੂੰ ਸਿੰਗਰਾਂ ਦੀ ਜਗ੍ਹਾ ਹੀ ਰਹਿਣਾ ਚਾਹੀਦਾ ਆ ਇਨਾਂ ਨੂੰ ਆਪਣੀ ਮਾਣ ਮਰਿਆਦਾ ਦਾ ਪਤਾ ਹੋਣਾ ਚਾਹੀਦਾ ਆ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਨੂੰ 18 ਸਾਲ ਤੋਂ ਘੱਟ ਵਾਲੇ ਲੋਕ ਹੀ ਸੁਣਦੇ ਆ ਸਾਡੇ ਗਾਣੇ ਫੈਮਲੀਆਂ ਵਿੱਚ ਲੱਗ ਲੱਗਦੇ ਆ ਲੋਕੀ ਟਰੈਕਟਰਾਂ ਤੇ ਲਾ ਲਾ ਕੇ ਘੁੰਮਦੇ ਆ ਇਹਨਾਂ ਕੰਜਰਾਂ ਦੇ ਖਿਲਾਫ ਬੋਲਣ ਦਾ ਡਰ ਉਸ ਬੰਦੇ ਨੂੰ ਹੋਊਗਾ ਜਿਹਦੀ ਰੋਟੀ YouTube ਤੋਂ ਚੱਲਦੀ ਆ ਮੇਰੀ ਰੋਟੀ YouTube ਤੋਂ ਨਹੀਂ ਚੱਲਦੀ ਮੈਂ ਤਾਂ ਦਿਹਾੜੀ ਲਾਉਣ ਜਾਂਦਾ ਹਰ ਰੋਜ਼ ਤੇ ਨਾ ਹੀ YouTube ਤੋਂ ਪਹਿਲਾਂ ਮੇਰੀ ਰੋਟੀ YouTube ਤੋਂ ਚੱਲਦੀ ਸੀਗੀ ਚੈਨਲ ਮੈਨੂੰ ਇਹਨਾਂ ਦਾ ਇਹ ਵੀ ਡਰ ਨਹੀਂ ਹੈਗਾ ਸਟ੍ਰਾਈਕਾ ਮਾਰੂਗੇ ਮਾਰ ਦੋਣ ਸਟ੍ਰਾਈਕਾ ਮੇਰੇ ਚੈਨਲ ਉੱਡਾ ਦੋਣ ਇੱਕ ਦਿਨ ਮਾਰੀ ਵੀ ਸੀਗੀ ਮੁਰਕੇ ਬੈਗ ਮਾਰੀ ਮੈਂ ਨਾਲੇ ਰਪਲਾਈ ਵਿੱਚ ਵੀ ਮੈਂ ਈਮੇਲ ਵਿੱਚ ਵੀ ਉਹਨਾਂ ਨੂੰ ਫਿਰ ਤਸੱਲੀ ਬਖਸ਼ੀ ਮੁਰਕੇ ਕਹਿੰਦੇ ਆਪਾਂ ਬੈਠ ਕੇ ਆਪਾਂ ਡਿਸਕਸ ਕਰ ਸਕਦੇ ਸੀ ਇਸ ਬਾਰੇ ਡਿਸਕਸ ਕਰਨ ਤੋਂ ਪਹਿਲਾਂ ਨਹੀਂ ਸੀ ਤੁਹਾਨੂੰ ਪਤਾ ਫਿਰ ਸਟ੍ਰਾਈਕ ਮਾਰਨੀ ਨਾਲੇ ਸਟ੍ਰਾਈਕ ਮਾਰ ਦੂਗੇ ਚੈਨਲ ਵਾਲਾ ਅਡਾ ਦੂਗੇ ਫਿਰ ਕੀ ਹੋਜੂ ਮੈਂ ਖਤਮ ਹੋਜੂ ਚੈਨਲ ਮੈਂ ਬਣਾਇਆ ਮੈਨੂੰ ਚੈਨਲ ਨੇ ਨਹੀਂ ਬਣਾਇਆ ਜੇ ਮੈਂ ਇੱਕ ਚੈਨਲ ਖੜਾ ਕਰ ਸਕਦਾ ਮੈਂ ਹੋਜੇ ਪਈਆ ਚੈਨਲ ਵੀ ਖੜਾ ਕਰ ਸਕਦਾ ਇਸੇ ਕਰਕੇ ਤਾਂ ਮੈਨੂੰ ਡਰ ਨਹੀਂ ਹੈਗਾ ਮੇਰੇ ਅੰਦਰੋਂ ਡਰ ਹੈ ਹੀ ਨਿਕਲਿਆ ਹੋਇਆ ਵਾ ਇਹ ਲੋਕੀ ਕਈ ਡਰ ਜਾਂਦੇ ਆ ਵੀ ਹਾਂ ਵੀ ਸਾਡਾ ਚੈਨਲ ਅੜਾ ਦੂਗੇ ਚੈਨਲ ਅੜਾ ਦੂਗੇ ਕੀ ਹੋ ਜੂ ਚੈਨਲ ਕਿਸੇ ਨੂੰ ਨਹੀਂ ਬਣਾਉਂਦਾ ਬੰਦੇ ਨੇ ਚੈਨਲ ਬਣਾਏ ਆ ਮੈਂ ਚੈਨਲ ਆਪਣਾ ਬਣਾਇਆ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਇਸੇ ਕਰਕੇ ਮੈਂ ਖੁੱਲ ਕੇ ਬੋਲਦਾ ਹੇ ਕਤਾਨ ਕੇ ਬੋਲਦਾ ਤੇ ਬੋਲਦਾ ਹੀ ਰਹਿਣਾ ਮੈਂ ਤਾਂ ਸੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਵਿੱਚ ਆਪਣੀ رائے ਕਮੈਂਟਾਂ ਵਿੱਚ ਜਰੂਰ ਦਿਓ ਕੌਣ ਕੌਣ ਮੇਰੇ ਨਾਲ ਹੈਗਾ ਆ ਮੈਨੂੰ ਪਤਾ ਲੱਗੇ ਵੀ ਹਾਂ ਵੀ ਕਿਸੇ ਦੇ ਪੱਲੇ ਮੇਰੀ ਗੱਲ ਪੈਂਦੀ ਆ ਕਿ ਮੈਂ ਕੁੱਤੇ ਬੂੰਗ ਭੌਂ ਕੇ ਚੱਲ ਜੰਨਾ ਤੋ ਹੋਈਆਂ ਗਲਤੀਆਂ ਲਈ ਮਾਫੀ ਮਾਫੀ ਮੇਰੀ ਆਡੀਅנס ਕੋਲੋਂ ਆ ਇਹਨਾਂ ਕੰਜਰਾਂ ਕੋਲੋਂ ਮੈਂ ਕਦੀ ਨਹੀਂ ਮਾਫੀ ਮੰਗਦਾ ਧੰਨਵਾਦ ਜੀ